ਹਾਂਜੀ ਵੈਲਕਮ ਟੂ ਅਮਨ ਕ੍ਰਿਸ਼ਨ ਬਟਿਕ ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਪਸ਼ਮੀਨੇ ਦਾ ਸੂਟ ਹੈ ਜੀ ਮੋਰ ਪੰਖੀ ਪਸ਼ਮੀਨੇ ਦਾ ਸੂਟ ਹੈ ਮੋਰ ਪੰਖੀ ਰੰਗ ਹੈ ਤੇ ਬੇਬੀ ਪਿੰਕ ਦੇ ਨਾਲ ਕੰਟਰਾਸਟ ਕਰਕੇ ਵਰਕ ਕੀਤਾ ਹੈ ਜੀ ਬਹੁਤ ਹੀ ਪਿਆਰਾ ਵਰਕ ਹੈ ਪੂਰਾ ਕੇਰਾ ਬੁੱਕਿਆਂ ਦੇ ਨਾਲ ਭਰਿਆ ਹੋਇਆ ਹੈ ਤੁਸੀਂ ਦੇਖ ਹੀ ਸਕਦੇ ਹੋ ਤਿੰਨ ਫਲਾਵਰ ਹਨ ਜੀ ਤਿੰਨ ਫਲਾਵਰ ਹਨ ਕੇਰੇ ਤੇ ਤੇ ਬਹੁਤ ਹੀ ਪਿਆਰਾ ਵਰਕ ਹੈ ਬਹੁਤ ਹੀ ਸੋਨਾ ਤੇ ਪਿਆਰਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਸੂਟ ਹੈ ਜੀ ਬਹੁਤ ਹੀ ਸੋਨਾ ਕੰਟਰਾਸਟ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਸੇ ਹੀ ਤਰ੍ਹਾਂ ਬਾਜੂ ਦੇ ਬਾਜੂ ਤੇ ਕੀਤਾ ਹੈ ਜੀ ਵਰਕ ਬਹੁਤ ਹੀ ਸੋਨਾ ਇੱਕ ਫਲਾਰ ਹੈ ਨਾਲ ਪੱਤੀਆਂ ਹਨ ਤੇ ਕਟਵਰਕ ਨਾਲ ਮੈਚ ਕੀਤਾ ਹੋਇਆ ਹੈ ਸੂਟ ਬਹੁਤ ਹੀ ਸੋਨਾ ਲੱਗ ਰਿਹਾ ਹੈ ਜੀ ਸੂਟ ਅੱਜ ਦਾ ਸੂਟ ਤੁਹਾਨੂੰ ਕਿਵੇਂ ਲੱਗਿਆ ਪਲੀਜ਼ ਜ਼ਰੂਰ ਦੱਸਣਾ ਲਾਈਕ ਕਰਨਾ ਕਮੈਂਟ ਕਰਨਾ ਤੇ ਲਾਈਕ ਕੀਤੇ ਬਿਨਾ ਪਲੀਜ਼ ਅੱਗੇ ਨਹੀਂ ਜਾਣਾ ਕਿਉਂਕਿ ਲਾਈਕ ਨਾਲ ਸਾਡਾ ਉਤਸ਼ਾਹ ਵੱਧਦਾ ਹੈ ਤੇ ਅਸੀਂ ਹੋਰ ਸੋਹਣਾ ਕੰਮ ਕਰਦੇ ਆ ਪਲੀਜ਼ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੇ ਡਿਜ਼ਾਈਨ ਕਿੱਦਾਂ ਦੇ ਲੱਗ ਰਹੇ ਹਨ ਕਿਵੇਂ ਦੇ ਲੱਗ ਰਹੇ ਹਨ ਥੈਂਕ ਯੂ ਫਾਰ ਵਾਚਿੰਗ